ਜਿਹੜਾ ਕੰਮ ਆ ਜੇ ਹੁਣ ਸਰਕਾਰ ਦਾ ਕਿਰਾਇਆ ਬਣਦਾ ਵਾ ਤੇ ਸਰਕਾਰ ਨੇ ਲੈਣੇ ਹੀ ਆ ਪੈਸੇ। ਹੁਣ ਮੈਂ ਸਿੱਧੂ ਵਾਲਾ ਚੰਡੀਗੜ੍ਹੋਂ ਇਹਨੇ ਬਿਸਤਰਾ ਮੰਗਾ ਲਿਆ ਉੱਥੇ BJP ਦੇ ਦਫ਼ਤਰ, ਉਹ ਸਿੱਧੂ ਨੇ ਰੱਖਿਆ ਸੀ ਨਾ ਕਾਂਗਰਸ ਦਫ਼ਤਰ 'ਚ ਆਪਣਾ ਬੈੱਡ 'ਤੇ ਬਿਸਤਰਾ। ਇਹਨਾਂ ਨੂੰ ਕਹੋ ਇਹ ਨਾਟਕਬਾਜ਼ੀ ਛੱਡ ਦਿਓ, ਜੁਮਲੇਬਾਜ਼ੀ। ਮੋਦੀ ਦੇ ਜੁਮਲੇ ਲੋਕ ਸੁਣ ਸੁਣ ਕੇ ਅੱਕ ਗਏ, ਤੂੰ ਨਵੇਂ ਜੁਮਲੇ ਨਾ ਸੁਣਾ, ਤੈਨੂੰ ਲੋਕ ਪਹਿਲਾਂ ਜਾਣਦੇ ਆ 10 ਸਾਲ ਪਹਿਲਾਂ। ਚਲੋ ਮੈਨੂੰ ਐਂ ਆ ਵੀ ਇਹਦੇ ਕਾਗਜ਼ ਤਾਂ BJP 'ਚ ਹੋ ਗਏ, ਮੈਨੂੰ ਤਾਂ ਐਂ ਸੀ ਕਿਤੇ ਰਾਜੇ ਦੇ ਹੱਕ 'ਚ ਬਹਿ ਹੀ ਨਾ ਜਾਵੇ। ਇਹ ਕੋਈ ਆਕੜ ਰੱਖਦਾ ਨਾ ਗਰਦਨ 'ਚ ਸਰੀਆ, ਅਤੇ ਸਰੀਆ ਪਹਿਲਾਂ ਕਾਂਗਰਸ ਦਾ ਵੀ ਕੱਢਤਾ, 92 ਮੈਂਬਰ ਚੁਣ ਕੇ ਆਏ ਆ, ਅਤੇ BJP ਦਾ ਅਤੇ ਅਕਾਲੀ ਦਲ ਦਾ ਵੀ ਕੱਢਤਾ। ਕਿਰਾਇਆ ਤਾਂ ਦੇਣਾ ਹੀ ਪੈਣਾ ਮਿੱਤਰਾ, ਸਰਕਾਰ ਦਾ ਪੈਸਾ ਕਦੇ ਕੋਈ ਰੱਖ ਸਕਿਆ? ਸਰ ਜੁਰਮਾਨਾ ਤੁਸੀਂ ਪਾਇਆ? ਮੈਂ ਕਮਿਸ਼ਨਰ ਤਾਂ ਹੈ ਨਹੀਂ ਗਾ, ਇਹ ਤਾਂ ਕਮਿਸ਼ਨਰ ਨੂੰ ਪੁੱਛਣਾ ਪੈਣਾ ਵੀ ਮੈਨੂੰ ਲਾ ਤਾ ਆਪਣੀ ਜਗ੍ਹਾ 'ਤੇ, ਮੈਂ ਕਿਵੇਂ ਜੁਰਮਾਨਾ ਪਾ ਸਕਦਾ ਉਹਨੂੰ? ਸਰ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਹੀ ਕਰਵਾਇਆ ਸਾਰਾ ਕੁਝ, ਜੋ ਵੀ ਕਰਾਇਆ ਮੈਨੂੰ ਘਰ ਤੋਂ ਬੇਘਰ ਕੀਤਾ ਵਾ। ਜਦੋਂ ਆਪਣੇ ਕੰਮਾਂ ਦੇ ਵਿੱਚ ਕਮੀ ਸੀ ਨਾ, 10 ਸਾਲ ਤੱਕ ਇਹਦਾ ਫੋਨ ਨਹੀਂ ਚੱਕਿਆ। ਹੁਣ ਉਹਨੂੰ ਗੱਲਾਂ ਨੂੰ ਨਾ ਲੁਕੋ, ਜਿਹੜਾ ਕੰਮ ਆ ਜੇ ਹੁਣ ਸਰਕਾਰ ਦਾ ਕਿਰਾਇਆ ਬਣਦਾ ਵਾ ਤੇ ਸਰਕਾਰ ਨੇ ਲੈਣੇ ਹੀ ਆ ਪੈਸੇ। ਹੁਣ ਮੈਂ ਵੀ ਬੰਦ ਕਰ ਦਿੰਦਾ, ਕੁਲਵੰਤ ਸਿੱਧੂ ਵੀ ਟੈਕਸ ਦੇਣਾ ਬੰਦ ਕਰ ਦਿੰਦਾ, ਫਿਰ ਲੋਕਤੰਤਰ ਕਿੱਥੇ ਰਹੂਗਾ? ਸਰ ਉਹ ਕਹਿ ਰਹੇ ਨੇ ਲੋਕਤੰਤਰ ਨੇ ਲਿਆ ਉਹਦੇ ਤੋਂ ਕਿਰਾਇਆ, ਅਸੀਂ ਨਹੀਂ ਲਿਆ ਨਾ ਸਰਕਾਰ ਨੇ ਲਿਆ। ਉਹ ਕਹਿ ਰਹੇ ਨਾਮਜ਼ਦਗੀ ਤੋਂ ਸਿਰਫ ਮਹਿਜ਼ ਕੁਛ ਘੰਟੇ ਪਹਿਲਾਂ ਹੀ ਮੈਨੂੰ ਨੋਟਿਸ ਭੇਜਦੇ ਨੇ ਮੋਬਾਈਲ ਦੇ ਉੱਤੇ, ਔਰ ਉਹ ਵੀ ਲਿਖਤ ਦੇ ਵਿੱਚ ਨਹੀਂ, ਔਰ ਇਸ ਚੀਜ਼ ਉੱਤੇ ਕਿਹਾ ਜਾਂਦਾ ਕਿ ਅਗਰ ਤੁਸੀਂ ਜੁਰਮਾਨਾ ਦਿੱਤਾ ਤਾਂ ਅਸੀਂ ਨਾਮਜ਼ਦਗੀ ਦੇ ਵਿੱਚ ਤੁਹਾਨੂੰ NOC ਨਹੀਂ ਦੇਵਾਂਗੇ। ਨਾਮਜ਼ਦਗੀ ਦੇ ਵਿੱਚ ਪਹਿਲਾਂ ਤਾਂ ਉਹਨੂੰ ਚਾਹੀਦਾ ਜਿੰਨੇ 10 ਸਾਲ ਹੋ ਗਏ ਜਾਂ 8 ਸਾਲ ਹੋ ਗਏ ਉਸ ਕੋਠੀ 'ਚ ਬੈਠੇ ਨੂੰ, ਉਹਨੂੰ ਉਹ ਜਿੰਨੀ ਤਨਖਾਹ ਉਹਨੇ MP ਦੀ ਲਈ ਆ ਸਾਰੀ ਸਰਕਾਰ ਦੇ ਖਾਤੇ ਜਮ੍ਹਾਂ ਕਰਾਵੇ। ਜਦ ਗੈਰ ਕਾਨੂੰਨੀ ਬੰਦਾ MP ਬਣ ਕੇ ਲੁਧਿਆਣੇ ਦੇ ਲੋਕਤੰਤਰ ਦੇ ਵਿੱਚ ਲੋਕਾਂ ਦੀਆਂ ਵੋਟਾਂ ਲੈ ਕੇ ਸਰਕਾਰੀ ਜ਼ਮੀਨ ਦੇ ਉੱਤੇ ਬੈਠੂਗਾ ਬਿਨਾਂ ਕਿਰਾਏ ਦਿੱਤੇ ਕਬਜ਼ਾ, ਇੱਕ ਦਿੱਲੀ ਕੋਠੀ ਲਈ ਆ, ਇੱਕ ਇੱਥੇ ਲਈ ਆ, ਕੀ ਮਤਲਬ ਆ? ਇਹ ਕੋਈ ਐਕਸਟਰਾ MP ਆ ਦੁਨੀਆ ਦਾ? ਇੱਕ ਕੋਠੀ ਤੋਂ ਵੱਧ ਕਿਤੇ ਲੈ ਨਹੀਂ ਸਕਦਾ, ਚਾਹੇ ਫਲੈਟ ਲਵੇ ਚਾਹੇ ਕੁਛ, ਇਹ ਦੋ ਕਿਉਂ ਲਊਗਾ ਬਈ? ਸਰਕਾਰ ਨੂੰ ਦੇਣਾ ਪਊਗਾ ਕਿਰਾਇਆ ਜਿਹੜਾ ਹੈਗਾ ਵਾ। ਪਰ ਅੱਜ ਉਹ BJP ਦਫ਼ਤਰ 'ਚ ਉਹਨਾਂ ਨੇ ਰਾਤ ਕੱਟੀ ਆ, ਉਹ ਕਹਿ ਰਹੇ ਕਿ ਮੈਨੂੰ ਬੇਘਰ ਕਰਤਾ ਵਾ, ਇਸ ਕਰਕੇ ਮੈਨੂੰ ਹੁਣ BJP ਦਫ਼ਤਰ ਜਾ। ਸਿੱਧੂ ਵਾਲਾ ਚੰਡੀਗੜ੍ਹੋਂ ਇਹਨੇ ਬਿਸਤਰਾ ਮੰਗਾ ਲਿਆ ਉੱਥੇ BJP ਦੇ ਦਫ਼ਤਰ, ਉਹ ਸਿੱਧੂ ਨੇ ਰੱਖਿਆ ਸੀ ਨਾ ਕਾਂਗਰਸ ਦਫ਼ਤਰ 'ਚ ਆਪਣਾ ਬੈੱਡ 'ਤੇ ਬਿਸਤਰਾ। ਇਹਨਾਂ ਨੂੰ ਕਹੋ ਇਹ ਨਾਟਕਬਾਜ਼ੀ ਛੱਡ ਦਿਓ, ਜੁਮਲੇਬਾਜ਼ੀ। ਹੁਣ ਤੂੰ ਗਿਆ ਚਲੇ ਹੀ ਜੁਮਲੇਬਾਜ਼ੀ ਪਾਰਟੀ 'ਚ ਗਿਆ ਵਾਂ, ਮੋਦੀ ਦੇ ਜੁਮਲੇ ਲੋਕ ਸੁਣ ਸੁਣ ਕੇ ਅੱਕ ਗਏ, ਤੂੰ ਨਵੇਂ ਜੁਮਲੇ ਨਾ ਸੁਣਾ, ਤੈਨੂੰ ਲੋਕ ਪਹਿਲਾਂ ਜਾਣਦੇ ਆ 10 ਸਾਲ ਪਹਿਲਾਂ। ਸਰ ਉਹ ਕਹਿੰਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਰਲ ਕੇ ਆ ਕੰਮ ਕਰਵਾਇਆ। ਦੇਖੋ ਹੁਣ ਫਿਰ ਉਹੀ ਗੱਲ, ਫਿਰ ਗੱਲ ਤਾਂ ਉੱਥੇ ਜੁਮਲਿਆਂ 'ਤੇ ਹੀ ਆ ਖੜੀ ਨਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਥੇ ਲੜ ਰਹੇ ਆ, ਉਹ ਰਾਜਾ ਵੜਿੰਗ ਫਿਰ ਕਿੱਥੇ ਰਹਿ ਗਿਆ? ਰਾਜਾ ਵੜਿੰਗ ਅਤੇ ਇਹ ਦੋਨੇ ਤੁਹਾਨੂੰ ਪਰਸੋਂ ਚੌਥੇ ਦਾ ਭੰਗੜੇ ਪਾਉਂਦੇ ਦੇਖੇ ਆ, ਉੱਥੇ ਦੇਖੇ ਨਹੀਂ ਜਗਰਾਤੇ ਦੇ ਉੱਤੇ ਭੰਗੜੇ? ਫਿਰ ਅਸੀਂ ਕਿਵੇਂ ਜੁੜ ਗਏ? ਮੈਂ ਤਾਂ ਨਹੀਂ ਸੀਗਾ ਉੱਥੇ, ਕੁਲਵੰਤ ਸਿੱਧੂ ਨਹੀਂ ਸੀਗਾ। ਆਪ ਜੁਮਲੇਬਾਜ਼ੀਆਂ ਨਾ ਕਰੋ, ਆਪਸ 'ਚ ਜਿਹੜੇ ਫਰੈਂਡਲੀ ਮੈਚ ਖੇਡਦੇ ਫਿਰਦੇ ਹੋ ਨਾ ਕਾਂਗਰਸੀ, ਉਹ ਤੁਹਾਡਾ ਆਪਸ 'ਚ ਪਤਾ ਹੀ ਨਹੀਂ ਤੁਸੀਂ ਕਿਤੇ ਕਿੱਥੇ ਜਾਣਾ। ਚਲੋ ਮੈਨੂੰ ਐਂ ਆ ਵੀ ਇਹਦੇ ਕਾਗਜ਼ ਤਾਂ BJP 'ਚ ਹੋ ਗਏ, ਮੈਨੂੰ ਤਾਂ ਐਂ ਸੀ ਕਿਤੇ ਰਾਜੇ ਦੇ ਹੱਕ 'ਚ ਬਹਿ ਹੀ ਨਾ ਜਾਵੇ। ਉਹ ਕਹਿ ਰਹੇ ਨੇ ਕਿ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਨੇ ਰਾਹੁਲ ਦੇ ਪਿੱਛੇ ਜਾ ਕੇ ਬਹਿਣਾ ਮੈਂ। ਇਹ ਗੱਲ ਪਤਾ ਕੀ ਆ, ਇਹ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਆ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਅਸੀਂ ਪੰਜਾਬੀ ਹਾਂ, ਅਸੀਂ ਇੱਜ਼ਤ ਨਾਲ ਤਾਂ ਜਿਹਨੂੰ ਮਰਜ਼ੀ ਆਪਣੇ ਅੱਗੇ ਬਿਠਾ ਦਈਏ ਚਾਹੇ ਪਿੱਛੇ ਬਿਠਾ ਦਈਏ। ਜੇ ਕੋਈ ਆਕੜ ਰੱਖਦਾ ਨਾ ਗਰਦਨ 'ਚ ਸਰੀਆ, ਤਾਂ ਸਰੀਆ ਪਹਿਲਾਂ ਕਾਂਗਰਸ ਦਾ ਵੀ ਕੱਢਤਾ, 92 ਮੈਂਬਰ ਚੁਣ ਕੇ ਆਏ ਆ, ਅਤੇ BJP ਦਾ ਅਤੇ ਅਕਾਲੀ ਦਲ ਦਾ ਵੀ ਕੱਢਤਾ,
ਇਦੋਂ ਵੱਧ ਨਹੀਂ ਹੋਰ ਕੋਈ। ਬਿੱਟੂ ਜੀ ਰਹਿਣਗੇ ਕਿੱਥੇ ਸਰ? ਆਖਿਰਕਾਰ 10 ਸਾਲ MP ਰਹੇ ਨੇ, ਹੁਣ ਉਹ ਰਹਿਣਗੇ ਕਿੱਥੇ? ਭਾਜਪਾ ਘਰ ਵਾਲੇ 'ਚ ਨਹੀਂ, ਅਸੀਂ ਵੱਡੇ ਦਿਲ ਵਾਲੇ ਹਾਂ। ਆ ਜਾਵੇ ਮੇਰੇ ਕੋਲ, ਮੇਰੇ ਘਰ ਦੇ ਕਮਰੇ 4 ਖਾਲੀ ਆ, ਆ ਜਾਵੇ ਫਿਰ ਕੀ ਆ, ਰਹਿਣ ਨੂੰ ਕੀ ਆ। ਇੰਨਾ ਨਹੀਂ ਭਾਈਚਾਰਾ ਦੂਰ ਕੀਤਾ, ਆ ਜਾਵੇ ਮੇਰੇ ਕੋਲ ਰਹਿ ਲਵੇ। ਮਤਲਬ ਕਿ ਅੱਜ ਵੀ ਕਾਂਗਰਸ ਦੇ ਪ੍ਰਤੀ ਕਿਤੇ ਨਾ ਕਿਤੇ ਨਰਮ ਦਿਲ ਹੈਗਾ, ਕਿਉਂਕਿ ਕਾਂਗਰਸੀ ਹੀ ਰਹੇ ਨੇ ਰਮਨੀਤ ਬਿੱਟੂ? ਨਹੀਂ, ਹੁਣ ਤਾਂ ਉਹ BJP 'ਚ ਆ, ਸਾਡਾ ਕੋਈ BJP ਨਾਲ। ਰਮਨੀਤ ਬਿੱਟੂ ਦੇ ਨਾਲ ਹੀ ਨਰਮ ਦਿਲ ਰਿਹਾ ਵਾ। ਦੇਖੋ ਬਿੱਟੂ ਨੂੰ ਕਹਿ ਵੀ ਹੁਣ ਛੱਡ ਦੇ, ਲੋਕੀ ਬੱਚੇ ਬਹੁਤ ਸਿਆਣੇ ਹੋ ਗਏ, ਬੱਚਿਆਂ ਨੂੰ ਸਭ ਪਤਾ ਵਾ। ਬੱਚੇ ਜਿਹੜੇ ਅੱਜ ਕੱਲ੍ਹ ਪੜ੍ਹੇ ਲਿਖੇ ਬੱਚਿਆਂ ਦਾ ਯੋਗਾ, ਬੱਚਿਆਂ ਨੂੰ ਸਭ ਪਤਾ ਵੀ ਇਹ ਆਪਣਾ ਜੁਮਲੇਬਾਜ਼ੀ ਕਰ ਰਹੇ ਆ ਕਿ ਰਿਐਲਿਟੀ 'ਚ ਗੱਲ ਆ। ਕਿਰਾਇਆ ਤਾਂ ਦੇਣਾ ਹੀ ਪੈਣਾ ਮਿੱਤਰਾ, ਸਰਕਾਰ ਦਾ ਪੈਸਾ ਕਦੇ ਕੋਈ ਰੱਖ ਸਕਿਆ? ਸਰਕਾਰ ਦੇ ਪੈਸੇ ਸਰਕਾਰ ਨੂੰ ਦੇਣੇ ਪੈਂਦੇ ਆ, ਮੈਂ ਹੋਵਾਂ ਚਾਹੇ ਤੁਸੀਂ ਹੋਵਾਂ। ਮੈਂ ਸੌਖਾ ਹਾਲ ਦੱਸਦਿਆਂ, ਦੇਖੋ ਮੈਂ ਇੱਕ ਇਕੱਠੇ ਕੰਮ ਕਰਦੇ ਰਹੇ ਹਾਂ ਬਿੱਟੂ ਦੇ ਨਾਲ। ਮੈਂ ਇੱਕ ਸੁਝਾਅ ਦਿੰਦਾ ਵੀ ਇੱਕ ਤਾਂ ਬਹਾਨਾ ਬਣ ਜੂਗਾ ਤੁਹਾਡਾ ਕੰਮ ਹੈ ਬਹਾਨੇਬਾਜ਼ੀ ਬਣਾਉਣਾ, ਜੁਮਲੇ ਛੱਡਣਾ। ਕਿਰਾਏ ਦੇ ਬਹਾਨੇ ਓਬਜੈਕਸ਼ਨ ਲੱਗ ਜਾਣਾ ਵੀ NOC ਨਹੀਂ ਮਿਲੀ, ਬਿੱਟੂ ਦੇ ਕਾਗਜ਼ ਰੱਦ ਹੋ ਗਏ, ਤੇਰੀ ਇੱਜ਼ਤ ਬਾਜੂ ਯਾਰ। ਇਹ ਮੇਰਾ ਸੁਝਾਅ ਹੈ। ਰਹਿਣ ਦੀ ਗੱਲ ਕਰਦੇ ਹੋ, ਪੱਪੀ ਬਾਈ ਦੇ ਘਰ ਆ ਜੇ, ਮੇਰੇ ਆ ਜੇ, ਅੱਗੇ ਵੀ ਮੈਂ ਕੋਠੀ ਦੇਈ ਰੱਖੀ ਹੈ, ਹੁਣ ਫਿਰ ਦੇ ਦੂੰਗਾ, ਪਰ ਇੱਜ਼ਤ ਬਾਜੂ। ਸਰ ਉਹ ਕਹਿ ਰਹੇ ਨੇ ਕਿ ਮੇਰਾ ਪੁਸ਼ਤੈਨੀ ਜਿਹੜੇ ਜ਼ਮੀਨ ਸੀਗੀ ਮੈਨੂੰ ਦਾਦੇ ਦੀ ਦਿੱਤੀ, ਉਹ ਤੁਹਾਡੀ ਵਜ੍ਹਾ ਕਰਕੇ ਵਿਕ ਗਈ, ਕਿਰਾਏ ਤੋਂ ਮਕੀ ਗਿਰਵੀ ਰੱਖਣੀ ਪਈ। BJP ਕੋ ਬਥੇਰੇ ਪੈਸੇ ਆ, ਇੱਥੇ ਜੇ 2 ਕਰੋੜ ਜਮ੍ਹਾਂ ਕਰਾਏ ਉਹਨਾਂ ਤੋਂ 8 ਲੈ ਲੂਗਾ, ਫਿਰ ਕੀ ਗੱਲ ਆ।